ਤੁਹਾਡੀ ਹਾਈਟ ਦੇ ਹਿਸਾਬ ਨਾਲ ਤੁਹਾਡਾ weight ਕਿੰਨਾ ਚਾਹੀਦਾ ਇੱਕ ਗੱਲ ਧਿਆਨ ਨਾਲ ਸੁਣਿਓ ਕਹਿੰਦੇ ਜੇ ਪਤਾ ਗਲਤ ਹੋਵੇ ਨਾ ਪਾਰਸਰ ਗਲਤ ਥਾਂ ਤੇ ਚਲਾ ਜਾਂਦਾ ਤੁਹਾਡਾ goal ਹੀ ਤੁਹਾਡਾ decide ਕਰਦਾ ਤੁਹਾਡੀ ਕੰਡੀਸ਼ਨ ਕਿੱਥੇ ਜਾਣੀ ਆ ਮੈਂ ਤੁਹਾਡੇ ਨਾਲ ਪਿਕਚਰ ਸ਼ੋਅ ਕਰਦਾ ਤੁਹਾਨੂੰ ਵਧੀਆ ਅੰਡਰਸਟੈਂਡ ਹੋ ਜੂਗੀ ਇਹ ਗੱਲ ਪਿਕਚਰ ਆ ਜੌਨ ਇਬਰਾਹਿਮ ਕਪਲ ਸ਼ਰਮਾ ਦੇ ਸ਼ੋਅ ਤੇ ਆਇਆ ਸੀਗਾ ਉਹਨੇ weight ਕਰਿਆ ਉੱਥੇ ਕਪਲ ਸ਼ਰਮਾ ਜੌਨ ਨੂੰ ਕਹਿੰਦਾ ਤੂੰ ਐਡਾ ਦੇਖਣ ਨੂੰ ਵਿੱਗ ਲੱਗਦਾ ਤੇ ਤੇਰੀ ਇੰਨੀ ਹਾਈਟ ਆ ਤੇਰਾ weight ਤੋਂ ਲੈਣਾ ਕਿੰਨਾ ਹੁਣ ਜਦੋਂ weight scale ਮੰਗਾਈ ਗਈ ਇਹ ਵੀਡੀਓ ਦਾ 10 ਮਿੰਟ ਦਾ ਕਲਿੱਪ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਕਿਉਂਕਿ ਜੇ ਆਪਾਂ ਵੀਡੀਓ ਦਿਖਾਉਂਦੇ ਫਿਰ ਕੋਪੀਰਾਈਟ ਕਲੇਮ ਆ ਜਾਂਦਾ ਦੀਗਾ ਪਿਕਚਰ ਚ ਤੁਸੀਂ ਦੇਖਿਓ ਜਦੋਂ ਜੌਨ weight scale ਤੇ ਖੜਿਆ ਤਾਂ weight ਦੇਖਿਆ ਉਹਦਾ 84 ਕਿਲੋ ਸੀਗਾ ਤੇ ਜਦੋਂ ਕਪਲ ਸ਼ਰਮਾ ਨੇ ਆਪਣਾ weight ਦੇਖਿਆ ਉਹਦਾ weight ਆਲਮੋਸਟ 90 ਕਿਲੋ ਦੇ ਕਰੀਬ ਸੀਗਾ ਹੁਣ ਤੁਸੀਂ ਪਿਕਚਰ ਚ ਦੇਖੋ ਕਪਲ ਸ਼ਰਮ ਦੀ ਹਾਈਟ ਵੀ ਘਟਾ ਤੇ ਜੌਨ ਕਿੱਡਾ ਉਹਦੇ ਬਰਾਬਰ ਖੜਾ ਬਿੱਗ ਵੀ ਲੱਗ ਰਿਹਾ ਕਿੰਨਾ ਸਾਈਜ਼ ਲੱਗ ਰਿਹਾ ਹਾਈਟ ਵੀ ਜਾਦੇ ਆ ਤੇ weight ਕਪਲ ਸ਼ਰਮੇ ਨੂੰ ਕਿੰਨਾ ਘਟਾ ਹੁਣ ਇੱਥੋਂ ਤੁਸੀਂ ਇੱਕ ਚੀਜ਼ ਸਮਝਿਓ ਕਿ ਜਦੋਂ ਵੀ ਤੁਸੀਂ ਆਪਣਾ ਗੋਲਡ ਡਿਸਾਈਡ ਕਰਨਾ ਹਰ ਇੱਕ ਬੰਦਾ ਕਹਿੰਦਾ ਕਿ ਯਾਰ ਸਾਡਾ weight gain ਹੋ ਜਵੇ ਹਰ ਇੱਕ ਬੰਦੇ ਨੂੰ ਐਵੇਂ ਹੁੰਦਾ ਵੀ ਜੇ weight gain ਨਹੀਂ ਹੋ ਰਿਹਾ ਤਾਂ ਸਮਝ ਲਓ ਮਸਲ ਗੇਨ ਨਹੀਂ ਹੋ ਰਹੇ ਮੇਰੇ ਕੋਲ ਵੀ ਕਾਫੀ ਕਲਾਇੰਟ ਆਉਂਦੇ ਨੇ ਕਹਿੰਦੇ ਨੇ ਕਿ ਭਜਨ ਹੁੰਦਾ ਜਾਂ 80 ਬਾਡੀ ਦੀ ਕੋਈ ਸ਼ੇਪ ਨਹੀਂ ਹੁੰਦੀ ਕਹਿੰਦੇ ਨੇ 85 ਕਿਲੋ ਕਰਨਾ ਕਦੇ ਵੀ ਤੁਸੀਂ ਆਪਣੀ ਕੰਡੀਸ਼ਨ ਦੇਖਣੀ ਆ ਤੁਸੀਂ ਹਾਈਟ ਹੂਟ ਕਿਸੇ ਚੀਜ਼ ਤੇ ਵੀ ਤੁਸੀਂ ਜਾਣਾ ਨਹੀਂ ਤੁਸੀਂ ਸਿਰਫ ਆਪਣਾ ਸੀਸੇ ਅੱਗੇ ਖੜ ਕੇ ਬਾਡੀ ਦੇਖਣੀ ਆ ਕਿ ਯਾਰ ਸਾਡੀ ਟੋਨ ਆਪਾ ਬਾਡੀ ਸਾਡੀ ਬਾਡੀ ਕਿੰਨੀ ਜ਼ਿਆਦਾ ਬਿੱਗ ਲੱਗ ਰਹੀ ਆ ਕਿਉਂਕਿ ਮਸਲ ਦਾ ਵੇਟ ਮਿੱਤਰੋ ਜ਼ਿਆਦਾ ਨਹੀਂ ਹੁੰਦਾ ਹੈਗਾ ਸਿਰਫ ਫੈਟ ਦਾ ਵੇਟ ਜ਼ਿਆਦਾ ਹੁੰਦਾ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਬਹਿਮ ਆ ਕਿ ਸਾਡਾ ਵੇਟ ਗੇਨ ਹੋਣ ਦੇ ਨਾਲੇ ਮਸਲ ਗੇਨ ਹੋ ਤਾਂ ਇਹ ਮਿਥ ਨੂੰ ਕੱਢ ਦਿਓ ਕਿਉਂਕਿ ਜੇ ਤੁਸੀਂ ਆਹੀ ਬਹਿਮ ਚ ਰਹਿ ਗਏ ਕਦੇ ਤੁਹਾਡੀ ਬਾਡੀ ਟੌਰਨਪ ਨਹੀਂ ਹੋਊਗੀ ਕਦੇ ਤੁਸੀਂ ਗੁੱਡ ਲੁਕਿੰਗ ਨਹੀਂ ਬਣ ਸਕਦੇ ਕਿਉਂਕਿ ਤੁਹਾਡੇ ਗੋਲੇ ਗਲਤ ਨੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਮਸਲ ਹੁੰਦੇ ਕੀ ਨੇ ਸਿਰਫ ਤੁਹਾਨੂੰ ਇਹ ਲੱਗਦਾ ਕਿ ਮੇਰਾ 70 ਕਿਲੋ ਵੇਟ ਆ ਮੇਰਾ 75 ਹੋ ਜਵੇ ਮੇਰੇ ਮਸਲ ਗੇਨ ਹੋ ਜਾਣਗੇ ਉਹ ਸਿਰਫ ਤੁਹਾਡੀ ਫੈਟ ਹੁੰਦੀ ਆ ਥੋੜਾ ਵਾਟਰ ਵੇਟ ਹੁੰਦਾ ਥੋੜੀ ਮੋਟੀ ਸਕਿਨ ਹੁੰਦੀ ਆ ਜਿਹਨੇ ਤੁਹਾਡੇ ਮਸਲ ਨਾਲੋਂ ਦੁੱਗਣਾ ਥਾਂ ਕੇ ਰਨਾ ਜੇ ਤੁਸੀਂ ਚਾਹੁੰਦੇ ਹੋ ਪੂਰੀ ਬਾਡੀ ਵਧੀਆ ਲੱਗੇ ਤਾਂ ਵੇਟ ਨਹੀਂ ਦੇਖਣਾ ਸਿਰਫ ਸੀਸੇਮਰੇ ਖੜਕੇ ਦੇਖੋ ਕਿ ਪਹਿਲਾਂ ਨਾਲੋਂ ਸਾਡੀ ਬਾਡੀ ਦਾ ਕਿੰਨਾ ਫਰਕ ਆ ਕਿਉਂਕਿ ਜਦੋਂ ਕਟਿੰਗ ਹੁੰਦੀ ਆ ਜਦੋਂ ਬਾਡੀ ਸ਼ੇਪ ਚ ਹੁੰਦੀ ਆ ਫਿਰ ਦੂਰੋਂ ਬੰਦਾ ਬਹੁਤ بڑا ਲੱਗਦਾ ਦੇਖਣ ਨੂੰ ਮਸਲ ਰਾਉਂਡਰ ਲੱਗਦੇ ਨੇ ਬਾਡੀ ਟੋਨ ਅਪ ਲੱਗਦੀ ਆ ਨਾੜਾ ਨੂੜਾ ਦੀਦੇ ਨੇ ਲੁੱਕ ਜਿਹੜੀ ਬੰਦੇ ਦੀ ਇਮਪ੍ਰੈਸਿਵ ਲੱਗਦੀ ਆ ਹੁਣ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਰਿਹਾ ਕਿ ਹਾਂ ਜੀ ਕਪਲ ਸ਼ਰਮੇ ਦੀ ਬਾਡੀ ਵਧੀਆ ਨਹੀਂ ਜਾਂ ਜੌਨ ਦੀ ਵਧੀਆ ਜਸਟ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਈ ਆ ਕਿਉਂਕਿ ਕਪਲ ਸ਼ਰਮੇ ਦਾ ਪ੍ਰੋਫੈਸ਼ਨ ਹੀ ਹੈਗਾ ਇਹ ਉਹਨੇ ਆਪਣੀ ਬਾਡੀ ਵਧੀਆ ਜਿੰਮ ਜਿੰਮ ਲਾਉਂਦਾ ਫਿੱਟ ਰੱਖੀ ਆ ਇਹ ਨਹੀਂ ਦੇਖਣਾ ਕਿ ਹਾਂ ਜੀ ਇੱਕ ਦੀ ਬਾਡੀ ਦੂਜੇ ਨਾਲੋਂ ਵਧੀਆ ਇੱਕ ਨੂੰ ਆਪਾਂ ਕਹਿ ਰਹੇ ਹਾਂ ਕਿ ਉਹਦੀ ਇਹਦੇ ਵਿੱਚ ਸਿਰਫ ਆਪਾਂ ਇਹ ਚੀਜ਼ ਦੇਖਣੀ ਆ ਕਿ ਵਜ਼ਨ ਤੇ ਮਸਲ ਦੇ ਵਿੱਚ ਫਰਕ ਬਹੁਤ ਹੁੰਦਾ। I hope ਤੁਸੀਂ ਇਹ ਚੀਜ਼ ਅੰਡਰਸਟੈਂਡ ਕਰ ਗਏ ਹੋਵੋਗੇ ਤੇ ਨੈਕਸਟ ਟਾਈਮ ਜਦੋਂ ਕੋਈ ਵੀ ਤੁਸੀਂ ਗੋਲ ਡਿਸਾਈਡ ਕਰਨਾ ਸਿਰਫ ਇੱਕ ਜੀ ਸੋਚਣੀ ਆ ਕਿ ਅਸੀਂ ਮਸਲ ਗੇਨ ਕਰਨੇ ਨੇ ਅਸੀਂ weight ਨਹੀਂ ਦੇਖਣਾ ਸਾਡੀ ਬਾਡੀ bigger ਲੱਗਣੀ ਚਾਹੀਦੀ ਆ ਬੱਸ। ਇਮਪ੍ਰੈਸਿਵ ਲੱਗਣੀ ਚਾਹੀਦੀ ਆ। that's it। ਇਹੀ ਸੀਗੀ ਅੱਜ ਦੀ ਤੁਹਾਡੇ ਲਈ ਵੀਡੀਓ। ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ 'ਚ। this is Jai Mandair, bye groom air, love you all।